ਦੋਹਾ ਦੇ ਅਧੀਨ ਆਉਂਦੇ ਪਿੰਡ ਦਾਸੂਵਾਲ ਵਿਖੇ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਘਰ 'ਚ ਦਾਖਲ ਹੋ ਕੇ ਹਥਿਆਰਾਂ ਦੀ ਨੋਕ ਤੇ ਡਾਕਾ ਮਾਰਿਆ ਗਿਆ। ਇਸ ਦੌਰਾਨ ਅਣਪਛਾਤੇ ਲੁਟੇਰੇ ਘਰ ਦੇ ਮੈਂਬਰ ਦੇ ਨਾਲ ਵੀ ਹੱਥੋਂ ਪਾਈ ਹੋਈ। ਇਸ ਬਾਰੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਦੋ ਲੋਕ ਕੋਠੀ ਨੂੰ ਪੌੜੀ ਲਗਾ ਕੇ ਤੀਸਰੀ ਮੰਜ਼ਿਲ ਰਾਹੀਂ ਕੋਠੀ ਦੇ ਵਿੱਚ ਦਾਖਲ ਹੋਏ ਅਤੇ ਉਸ ਦੇ ਕਮਰੇ ਦੇ ਵਿੱਚ ਆ ਗਏ, ਜਿਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਸੁੱਤੇ ਪਿਆਂ ਦੇ ਚਪੇੜਾ ਮਾਰੀਆਂ ਤੇ ਉਸ ਦੇ ਨਾਲ ਹੱਥੋਂ ਪਾਈ ਕਰਨ ਲੱਗੇ। ਇੰਦਰਜੀਤ ਸਿੰਘ ਨੰਬਰਦਾਰ ਦੀ ਬੈਗ ਤੇ ਜੀ ਰਾਤ ਕੋਈ 11:30 12 ਵਜੇ ਰਾਤ ਬੰਦੇ ਪਏ ਨੇ ਤੇ ਇਹ ਆਪਣੇ ਰੂਮ ਦੇ ਵਿੱਚ ਸੁੱਤੇ ਸੀ ਜੀ ਦੋਵੇਂ ਜੀ ਤੇ ਇਹਨਾਂ ਨੂੰ ਆ ਕੇ ਤੇ ਪਹਿਲਾਂ ਇਹਨਾਂ ਨੇ ਪੌੜੀ ਲਈ ਹੈ ਜੀ ਆ ਕੇ ਤੀਜੀ ਮੰਜ਼ਿਲ ਤੱਕ ਇਹਨਾਂ ਨੇ ਪੌੜੀ ਲਾ ਕੇ ਬੰਦੇ ਉੱਪਰ ਚੜ ਗਏ ਹੈ। ਇਸ ਤੋਂ ਬਾਅਦ ਇਹਨਾਂ ਦੇ ਕਮਰੇ 'ਚ ਐਂਟਰ ਹੋਏ ਹੈ ਜੀ। ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਸੁੱਤੇ ਸੀ ਜੀ ਆ ਕੇ ਇਹਨਾਂ ਨੇ ਚਪੇੜ ਮਾਰੀ ਆ। ਚਪੇੜ ਮਾਰਨ ਤੋਂ ਬਾਅਦ ਜਦੋਂ ਉੱਠੇ ਨੇ ਹਫੜਾ ਤਫੜੀ ਦੇ ਵਿੱਚ ਉਹਨਾਂ ਦੇ ਗਲ ਪਏ ਆ ਜੀ। ਉਸ ਤੋਂ ਬਾਅਦ ਇਹਨਾਂ ਦੀ ਉਹਨਾਂ ਨੇ ਜਦੋਂ ਗੱਲ ਪਏ ਆ ਤਾਂ ਉਹਨਾਂ ਨੇ ਆਖਿਆ ਵੀ ਬਜ਼ੁਰਗ ਅਰਮਾਨ ਨਾਲ ਘਰੇ ਬੈਠ ਜਾ, ਅਰਮਾਨ ਨਾਲ ਨਹੀਂ ਤਾਂ ਧੋਖਾ ਖਾਏਗਾ। ਉਹਨਾਂ ਨੇ ਫਿਰ 12 ਬੋਰ ਰਾਈਫਲ, ਇੱਕ 32 ਬੋਰ ਦਾ ਰਿਵਾਲਵਰ ਅਤੇ 12 ਬੋਰ ਦੇ ਜੀ 25 ਕਾਰਤੂਸ ਅਤੇ ਨਾਲ ਰਿਵਾਲਵਰ ਦੇ ਵੀ ਜੀ 10 12 ਅਤੇ ਨਾਲ 15 ਤੋਲੇ ਸੋਨਾ ਇਹ ਸਾਰਾ ਲੈ ਕੇ ਅਤੇ ਇਹਨਾਂ ਨੂੰ ਅੰਦਰ ਗੱਲ ਵੀ ਪਏ ਆ ਜੀ। ਬਾਅਦ ਦੇ ਵਿੱਚ ਉਹਨਾਂ ਆਖਿਆ ਵੀ ਤੁਸੀਂ ਰੌਲਾ ਨਹੀਂ ਪਾਉਣਾ। ਉਸ ਤੋਂ ਬਾਅਦ ਜਦੋਂ ਇਹ ਨਿਕਲ ਗਿਆ ਜੀ, ਇਹ ਫਿਰ ਆਪਦੇ ਘਰ ਦੇ ਵਿੱਚ ਆਂਢ ਗੁਆਂਢ ਨੂੰ ਫੋਨ ਕੀਤਾ ਹੈ। ਜਦੋਂ ਫੋਨ ਕੀਤਾ ਬੰਦੇ ਇਕੱਠੇ ਆਏ ਉਹਨਾਂ ਚਿਰ ਨੂੰ, ਜਦੋਂ ਆਂਢ ਗੁਆਂਢ ਨੇ ਆ ਕੇ ਵੇਖਿਆ ਇਹਨਾਂ ਦੇ ਲਾਗੋਂ ਬੰਨੇ ਹੋ ਜੀ ਸਾਰਿਆਂ ਨੇ, ਅਤੇ ਉਦੋਂ ਉਹ ਬੰਦੇ ਭੱਜ ਗਏ ਆ ਜੀ। ਹੁਣ ਅਸੀਂ ਚਾਹੁੰਦੇ ਹਾਂ ਜੀ ਇਹ ਜੋ ਵੀ ਇਹਨਾਂ ਦਾ ਸਮਾਨ ਚੋਰੀ ਹੋਇਆ ਅਤੇ ਜੋ ਵੀ ਇਹਨਾਂ ਦੀ ਹੱਕ ਰਸੀ ਇਹਨਾਂ ਦੀ ਕਰਵਾਈ ਜਾਵੇ ਜੀ। ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਰੱਖਦੇ ਹਾਂ। ਉੱਥੇ ਇਸ ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਥਾਣਾ ਬਲਟੋਹਾ ਮੌਕੇ ਤੇ ਪੁੱਜੀ ਤੇ ਮੌਕੇ ਤੇ ਜਾਂਚ ਸ਼ੁਰੂ ਕਰ ਦਿੱਤੀ। ਅੱਜ ਸਵੇਰ ਇੰਦਰਜੀਤ ਸਿੰਘ ਵਾਸੀ ਦਾਸੂਵਾਲ ਨੇ ਹਾਜ਼ਰ ਦੱਸਿਆ ਵੀ ਮੈਂ ਅਤੇ ਮੇਰੀ ਮਿਸਿਜ ਜਿਹੜੀ ਉਹ ਘਰ ਸੁੱਤੇ ਸੀ, ਇਹਨਾਂ ਦੀ ਮਤਲਬ 65 ਸਾਲ ਆ, ਅਤੇ ਕੋਈ ਨਾਮਲੂ ਵਿਅਕਤੀ ਆਏ, ਉਹਨਾਂ ਨੇ ਪੌੜੀ ਬਾਹਰ ਹੀ ਪੌੜੀ ਲਾ ਕੇ ਦੂਜੀ ਮੰਜ਼ਿਲ ਅਤੇ ਦੂਜੀ ਮੰਜ਼ਿਲ ਤੋਂ ਪੌੜੀ ਲਾ ਕੇ ਤੀਜੀ ਮੰਜ਼ਿਲ ਤੋਂ ਖਿੜਕੀ ਪੁੱਟ ਕੇ ਉਹ ਥੱਲੇ ਆਏ। ਇਹ ਸੁੱਤੇ ਸੀ, ਸੁੱਤਿਆਂ ਇਹਨਾਂ ਨੂੰ ਉਹਨੇ ਬੰਦੇ ਨੂੰ ਇੰਦਰਜੀਤ ਸਿੰਘ ਨੂੰ ਨੱਪ ਲਿਆ, ਅਤੇ ਜਿਹਦੇ ਵਿੱਚ ਸਿਰਹਾਣੇ ਪਿਸਤੌਲ ਪਿਆ ਸੀ ਉਹ ਲੈ ਕੇ ਉਹਨਾਂ ਲੈ ਲਿਆ, ਅਤੇ ਬਾਰੀ ਵਿੱਚ ਰਾਈਫਲ ਸੀ, ਕੁਝ ਸੋਨਾ ਸੀ ਉਹ ਉਹਦਾ ਜਿਹੜਾ ਲੈ ਕੇ, ਜਿਸ ਸੰਬੰਧ 'ਚ ਜਿਹੜਾ ਮੁਕੱਦਮਾ ਦਰਜ ਕਰਕੇ ਕਾਰਵਾਈ ਮੁੱਚ ਜਾਂਦੀ ਜਾ ਰਹੀ। ਸਵੇਰਾ ਪੰਜਾਬ ਲਈ ਖੇਮਕਰਨ ਤੋਂ ਜਗਜੀਤ ਡਲ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-94-647, 84374-94-648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।